ਕੌਰ, ਮਨਸਬ ਕੁਰਸੀ ਜਨਾਬ ਅਸ਼ਰ ਗੁੱਜਰ, ਨਾਲ ਮਿੱਠੂ ਪਹਿਲਵਾਨ ਫੇਸ ਪਹਿਲਵਾਨ ਕਰੇਗਾ। ਯਾਰ ਮੇਰੀ ਗੱਲ ਸੁਣੋ, ਇੱਕ ਮਾੜਾ ਬੰਦ ਦੀਵਾਰ ਸਾਹਿਬ ਨੇ ਜਿਹੜੇ ਪੈਸੇ ਮਾਲੇ ਪਹਿਲਵਾਨ ਨੂੰ ਤੇ ਕਰੰਟ ਪਹਿਲਵਾਨ ਨੂੰ ਦਿੱਤੇ ਨੇ ਉਹਨਾਂ ਦੀ ਮਿਹਰਬਾਨੀ ਹੈ। 10,000 ਰੁਪਇਆ ਜਿਹੜਾ ਕੁਸ਼ਤੀ ਦਾ ਹੈਗਾ ਕਾਲੇ ਪਹਿਲਵਾਨ ਦਾ ਸਾਹ ਜ਼ਿਆਦਾ ਵਿਕਾਸ ਪਹਿਲਵਾਨ ਨੂੰ ਲਾਉਣ ਦੇ ਨੇ। ਯਾਰ ਟੈਮ ਘੱਟੇ ਲਾਉਣੇ ਜਵਾਨ ਕੋਈ ਢਾਈ ਮਾਰਦੇ 10,000 ਰੁਪਇਆ ਸਾਡੇ ਬੰਦੇ ਖਲੋਤੇ ਨੇ। ਇੱਕ ਗੱਲ ਜ਼ਿਆਦਾ ਰੱਖਣਾ, ਜਿਹੜਾ ਬੰਦਾ ਵਿੱਚ ਆਵੇਗਾ ਆਪਣੀ ਬੇਇੱਜ਼ਤੀ ਕਰਵਾਵੇਗਾ। ਪੰਜਾਬੀ ਦਾ ਸ਼ੇਰ ਹੈਗਾ ਜਨਾਬ, ਕੋਈ ਬੰਦਾ ਫੌਜ ਵਿੱਚ ਨਾ ਹੋਵੇ ਤੁਹਾਡੀ ਮਿਹਰਬਾਨੀ ਹੈ। ਤੁਸੀਂ ਰਮਾਇਣਾ ਦੇਖੋ, ਸ਼ਾਹੇ ਦੌਲਾ ਜੀ ਨੂੰ ਜੈ ਮੌਲਾ। ਕੋਈ ਗੱਲ ਨੀ ਭਾਈ, ਦੋਵੇਂ ਬੱਚੇ ਨੇ ਆਪਣੇ ਸਾਹਮਣੇ ਸਾਡੇ ਅਫਸਰ ਬੈਠੇ ਨੇ ਸਪੋਰਟ ਪਾਕਿਸਤਾਨ ਦੇ। ਕਿਆ ਬਾਤ ਹੈ ਜੀ, ਮਾਮਾ ਪਹਿਲਵਾਨ ਤੇ ਕਿਆ ਬਾਤ ਹੈ, ਕਿਆ ਬਾਤ ਹੈ ਜੀ। ਕੋਈ ਬੰਦਾ ਉੱਥੋਂ ਆਵਾਜ਼ ਨਾ ਦੇਵੇ ਜਦੋਂ ਪਹਿਲਵਾਨ ਆਪਣਾ ਉਹਦਾ ਤਾੜੀ ਮਾਰ ਕੇ ਉਤਾਰ ਦੇ। ਲਓ ਜੀ ਰੱਖਾ ਪਹਿਲਵਾਨ, ਮੇਰੇ ਚਾਚੇ ਦਾ ਸ਼ਗੀਰ ਅੱਲਾਬਾਦ ਚੱਲਦਾ, ਮੈਨੂੰ ਇਵੇਂ ਹੀ ਮਿਲਦਾ ਜਿਵੇਂ ਮੇਰੇ ਪਿਓ ਦੇ ਨਾਲ ਰਲ ਕੇ ਜੰਮਿਆ। ਅੱਲਾ ਇਹਨੂੰ ਸਲਾਮਤ ਰੱਖੇ, ਮੈਨੂੰ ਕੋਈ ਦੁੱਖ ਦਰਦ ਹੋਵੇ ਮੇਰਾ ਸਿਰ ਤੇ ਹੁੰਦਾ। 5,000 ਰੁਪਇਆ ਮਾਲੀ ਰੱਖੇ ਪਹਿਲਵਾਨ ਦੇ, ਕੋਈ ਜੋੜ ਮੇਲ ਕੋਲੇ ਕੁਸ਼ਤੀ ਚੰਗੀ ਹੋਵੇਗੀ ਮਾਲੀ ਹੋਰ ਵਧਾ ਦਿਆਂਗੇ। ਕਿਆ ਬਾਤ ਹੈ, ਖਾਣਾ ਅੱਜ ਦੇ ਦਿਨ ਪੂਰੇ ਦਾ ਚੰਗਾ ਮੁੰਡਾ ਕੋਲੇ ਮੇਲੇ ਨਾਲ
ਇੱਕ ਵਾਰੀ ਫਿਰ ਬੁਲਾਇਆ ਸ਼ਾਹਾਂ ਤਿਲਕ ਪਹਿਲਵਾਨ, ਸ਼ਾਹਾਂ ਮੁਹੰਮਦ ਪਹਿਲਵਾਨ, ਕੁਰਬਾਨ ਪਹਿਲਵਾਨ, ਕਾਲੇ ਪਹਿਲਵਾਨ ਦਾ ਪੱਠਾ ਚਾਂਦੀ ਕੁਰਬਾਨ ਪਹਿਲਵਾਨ ਕਿੱਥੇ ਹੈ? ਕੁਰਬਾਨ ਪਹਿਲਵਾਨ, ਸ਼ਿਕਿਤਾ ਪਹਿਲਵਾਨ ਕਿੱਥੇ? ਕਮਲਾਨ ਦੇ ਵਿੱਚ ਆਇਆ ਹਾਜੀ ਮਿੱਠੂ ਪਹਿਲਵਾਨ ਕਦੀ ਮੌਸਮ ਦਾ ਫੈਸਲਾ ਮੰਨਿਆ ਜਾਣਗੇ। ਫਰੀਦ ਪਹਿਲਵਾਨ ਤੇ ਕਾਲਾ ਪਹਿਲਵਾਨ ਖੁਸ਼ੀ ਦੇ ਮੌਸਮ ਨੇ, ਇਹਨਾਂ ਦਾ ਲਾਲਾ ਕੋਈ ਹੋਰ ਵਿੱਚ ਖਬਰੇ ਵਾਲਾ ਪਾਵੇ ਤੁਹਾਡੀ ਮਿਹਰਬਾਨੀ। ਕੁਰਬਾਨ ਪਹਿਲਵਾਨ, ਪੱਠਾ ਕਾਲਾ ਪਹਿਲਵਾਨ, 5,000 ਕੇ ਮਾਲੀ ਕੋਲੇ ਵੀ ਕੋਈ ਖੁਸ਼ੀ ਚੰਗੀ ਹੋਵੇ ਬਾਜੀ ਨੱਥੇ ਦੀ ਤੇ ਕੁਰਬਾਨ ਦੀ ਕੁਸ਼ਤੀ 10,000 ਰੁਪਏ ਮਾਲੀ ਦੇ ਕੋਲੇਗਾ, ਦਿਲ ਮੰਨੇ ਦਾ ਮੇਲਾ 15,000 ਰੁਪਏ ਮਾਲੀ ਦੇ ਕੋਲੇਗਾ, ਦਿਲ ਮੰਨੇ ਦਾ ਮੇਲਾ, ਦਿਲ ਮੰਨੇ ਦਾ ਮੇਲਾ। 15,000 ਰੁਪਇਆ ਕੁਰਬਾਨ ਪਹਿਲਵਾਨ ਤੇ ਆਈ ਸ਼ਿਕਸ਼ ਕਾਲਾ ਪਹਿਲਵਾਨ ਖਤਮ ਹੋਏਗਾ। ਲਾਈਟ ਆ ਗਈ ਵੀ ਲਾਈਟ ਸਹੀ ਕਰੋ, ਕੋਈ ਜੋਰ ਮੇਰੇ ਹੱਥ ਆਇਓ ਲਾਇਆ ਜੇ ਬਈ ਚੱਲ ਕੁਰਬਾਨ ਆਇਆ ਬਈ ਹੋ ਗਈ ਕੁਸ਼ਤੀ ਹੋ ਗਈ ਮਿਹਰਬਾਨੀ ਅੱਜ ਜੀਵਿਆ ਮੇਰੇ ਨਾਲ ਮੁਕਾਬਲਾ ਨਾ ਕਰ, ਮੈਂ ਜਿਹੜੇ ਸਪੀਕਰ ਫੜੇ ਹੁੰਦਾ ਨਾ ਅੱਲਾ ਜਾਣਦਾ ਮੈਂ ਕਾਂਗਰਸ ਅੱਜ ਜੀਵੇ ਵਰਗਾ ਬੰਦਾ ਸੀ ਨਾ ਉਹ ਮਸੀਤੇ ਚਲਾ ਗਿਆ। ਮੌਲਵੀ ਨੇ ਕਿਹਾ ਵੀ ਮਾਂ ਪਿਓ ਨੂੰ ਵੇਖੀਏ ਤੇ ਸਵਾਬ ਹੁੰਦਾ, ਮਾਂ ਪਿਓ ਨੂੰ ਵੇਖੀਏ ਤੇ ਸਵਾਬ ਹੁੰਦਾ। ਸ਼ਾਬਾ ਸ਼ਾਬਾ, 3 ਵਜੇ ਜਾਗ ਆਈ ਜੇ ਉਹ ਮਾਂ ਪਿਓ ਦੇ ਕਮਰੇ ਚ ਵੜਿਆ ਤੇ ਇੱਕੋ ਮੰਜੀ ਤੇ ਅਸੀਂ ਵੇਖਣ ਲੱਗ ਪਿਆ। ਉਹਦੇ ਪਿਓ ਨੇ ਕਿਹਾ ਕੀ ਕਰਨਾ, ਉਹਨੇ ਕਿਹਾ ਮੌਲਵੀ ਨੇ ਕਿਹਾ ਵੇਖਿਆ ਸਵਾਬ ਹੁੰਦਾ, ਉਹਨੇ ਹਰਾਮ ਦੇ ਕੱਪੜੇ ਲੱਤੇ ਵੇਖਿਆ ਹੋਣਾ ਗੁਨਾਹ ਹੁੰਦਾ ਵੇਖਿਆ। ਕਾਲਾ ਪਹਿਲਵਾਨ ਆਮਨ ਵਾਲੇ ਚੁਮੇ, ਆਮਨ ਵਾਲੇ ਚੁਮੇ, ਕਾਲਾ ਪਹਿਲਵਾਨ ਸੁਦੀਪ ਪਹਿਲਵਾਨ ਦੀ ਬਰਸੀ ਕਰਾ ਰਹੇ ਨੇ, ਆਦਿਲ ਭੱਟ ਸਾਹਿਬ ਵੀ ਨਾਲ ਨੇ, ਸ਼ਵਾ ਸ਼ਵਾ ਦਲੇਰ ਹੋ ਕੋਈ ਗੱਲ ਨਹੀਂ। ਉਹ ਪਹਿਲਵਾਨੀ ਦੀ ਕਦਰ ਕਰਨ ਵਾਲਾ ਚਾਂਦੀ ਦੇ ਤਾਜ ਨਾਲ ਤੁਰਜ਼ਾ ਨਾਲ ਬਦਾਮ ਨਾਲ ਮੁਰੱਬੇ ਨਾਲ ਨਗਦ ਕੈਸ਼ ਵੇਖਣਾ ਨਾ ਭੁੱਲਣਾ, ਮੈਂ ਵੀ ਜਾਵਾਂਗਾ ਔਰ ਕਸੂਰੋਂ ਜਿਹੜਾ ਜਿਹੜਾ ਜਾਵੇਗਾ ਜਿਹੜਾ ਹੱਥ ਨਾ ਖੜਾ ਕਰੋ ਸਾਰਾ
ਮਾਸ਼ਾਅੱਲਾ ਚਾਹ ਵਿਚਾਰ ਸਰਮਾਇਆ ਨੇ
ਕਰਦੇ ਨੇ, ਪਹਿਲਵਾਨ ਬਣਾਉਣ ਵਾਸਤੇ ਮਾਹੌਲ ਤਬਾਹ ਹੋ ਜਾਂਦੇ ਨੇ। ਰਾਤਾਂ ਨੂੰ ਬਹਿ ਬਹਿ ਕੇ ਪਹਿਲਵਾਨ ਦੀ ਕਸਰਤ ਕਿੰਨੀ, ਉਹਨੂੰ ਖੁਰਾਕ ਖਵਾਉਣੀ, ਉਹਨੂੰ ਮਾਲਸ਼ਾਂ ਕਰਨੀਆਂ, ਫਿਰ ਆ ਕੇ ਪਹਿਲਵਾਨ ਲੜਦਾ। ਮਨਸਬ ਕੁਸ਼ਤੀ ਦੀ ਆਵਾਜ਼ ਹੈ, ਜਿੱਥੇ ਨਾਚ ਚੱਲਦਾ ਹੋਵੇਗਾ ਕੋਈ ਮਿੱਟੀ ਨਹੀਂ ਲਾ ਕੇ ਕਿਸੇ ਨੇ ਛੱਡਣਾ ਨਹੀਂ, ਕੁਛ ਨੂੰ ਬਾਅਦ ਦੇ ਕੇ ਮਿੱਟੀ ਲਾਉਣੀ ਆ। ਕੋਈ ਕੁਰਬਾਨ ਪਹਿਲਵਾਨ ਵੀ ਆ ਗਿਆ ਵਿੱਚ, ਮਨਸਬ ਕੁਸ਼ਤੀ ਦਾ ਫੈਸਲਾ ਕਮੀ ਹੋਵੇਗਾ, ਜਿਹੜਾ ਮਨਸਬ ਕੁਸ਼ਤੀ ਦਾ ਫੈਸਲਾ ਨਹੀਂ ਮੰਨੇਗਾ ਦੂਸਰੇ ਪਹਿਲਵਾਨ ਨੂੰ ਬੁਲਾ ਦਿੱਤੀ ਜਾਏਗੀ। ਜਿਸ ਪਹਿਲਵਾਨ ਦੀ ਖਿਲਾਫ ਪਿੜ ਤੋੜੇਗੀ ਉਸ ਪਹਿਲਵਾਨ ਦੇ ਵੀ ਖਿਲਾਫ ਫੈਸਲਾ ਦਿੱਤਾ ਜਾਏਗਾ। ਬਹਿ ਕੇ ਅੱਜ ਮੈਨੂੰ ਕਿੱਥੇ ਗਿਆ ਭਾਜੀ, ਇਹ ਤਹਿਰ ਕਰਾ ਰਹੇ ਨੇ ਜੁਮੇ ਦੇ ਦਿਨ ਨੌਸ਼ਹਿਰ ਦੇ ਅੰਦਰ ਸ਼ਦੀਪ ਭਵਨ ਦੀ ਪਰਚੀ ਬਣਾਈ ਜਾ ਰਹੀ ਹੈ। ਪਹਿਲਵਾਨਾਂ ਨੂੰ ਤਾਜ ਦਿੱਤੇ ਜਾਣਗੇ, ਚਾਂਦੀ ਦੇ ਨਾਲ ਖੁਦ ਦਿੱਤੇ ਜਾਣਗੇ। ਮੁਰੱਬਾ ਬਦਾਮ ਕਾਲਾ ਪਹਿਲਵਾਨ ਦਾ ਐਲਾਨ ਹੈ, ਜਿਹੋ ਜਿਹਾ ਪਹਿਲਵਾਨ ਇਹੋ ਜਿਹੀ ਮਾਲੀ ਦਿੱਤੀ ਜਾਏਗੀ। ਪਹਿਲਾਂ ਯਾਰ ਪਹਿਲਾਂ ਸੋਪਾ ਲੈ ਸੋਪਾ ਕਿੰਨਾ ਪਹਿਲਾਂ।